वाहेगुरु जी का खालसा वाहेगुरु जी की फतेह। सो मैं रामफल सिंह जलूर ब्लाक जनरल सकत्तर लहरा अज जिहड़े इह चिप वाले मीटर पिंड लदाल दे विच लगे हुए सी इह अज साडे जथेबंदी वल्लों इकाई प्रधान साडा मनिंदर सिंह लदाल उहदी अगवाई विच अज इह पट्टे गए ने ते अज साडी अगवाई दे विच इत्थे जमा करवाए जा रहे ने क्योंकि इह सरकार है जिहड़ी कारपोरेट घराणियां दे हक दे विच भुगतदी हुई नज़र आउंदी है क्योंकि पिछले समय ने लिखती पत्र भी सानू दिता सी कि असी चिप वाले मीटर तुहाडे घरां दे विच नहीं लावांगे पर इह साडे लगाए जा रहे ने धड़ाधड़ ਇਹ ਧੱਕਾਸ਼ਾਹੀ ਤਾਨਾਸ਼ਾਹੀ ਕਰ ਰਹੀ ਹੈ ਸਰਕਾਰ ਕਿਉਂਕਿ ਜਿਹੜੇ ਇਹਦੇ ਵਿੱਚ ਮੁਲਾਜ਼ਮ ਨੇ ਸਾਡੇ 10,000 ਜਾਂ 15,000 ਮੁਲਾਜ਼ਮਾਂ ਵਾਲਾ ਕੰਮ ਕਰਦਾ ਹੈ ਜਾਂ ਤਨਖਾਹ 'ਤੇ ਕੰਮ ਕਰਦਾ ਹੈ ਜਿਹੜਾ ਕੋਈ ਰੀਡਿੰਗ ਲੈਣ ਆਉਂਦਾ ਸੀ ਉਹਦੀ ਮੰਨ ਲਓ ਨੌਕਰੀ ਖਤਮ ਹੋਣ ਜਾ ਰਹੀ ਹੈ ਜਾਂ ਕੋਈ ਮੰਨ ਲਓ ਬਿੱਲ ਭਰਾਉਂਦਾ ਸੀ ਉਹਦੀ ਨੌਕਰੀ ਖਤਮ ਹੋਣ ਜਾ ਰਹੀ ਹੈ ਸੋ ਇਹ ਮਹਿਕਮੇ ਨੂੰ ਵੀ ਅਤੇ ਸਰਕਾਰ ਨੂੰ ਵੀ ਸਾਡੀ ਪੂਰਨ ਤੌਰ 'ਤੇ ਅਪੀਲ ਹੈ ਕਿ ਇਹ ਸਾਡਾ ਬਾਈਕਾਟ ਹੈ ਇਹ ਚਿੱਪ ਵਾਲੇ ਮੀਟਰ ਸਾਡੇ ਘਰਾਂ ਦੇ ਵਿੱਚ ਨਾ ਲਾਏ ਜਾਣ ਜੇਕਰ ਆਉਣ ਵਾਲੇ ਸਮੇਂ ਦੇ ਵਿੱਚ ਇਹ ਇੱਦਾਂ ਹੀ ਚੱਲਦਾ ਰਿਹਾ ਤਾਂ ਜਥੇਬੰਦੀ ਵੱਲੋਂ ਕੋਈ ਤਕੜਾ ਸੰਘਰਸ਼ ਕਰਕੇ ਇਸ ਸਰਕਾਰ ਦੇ ਵਿਰੁੱਧ ਅਸੀਂ ਉਲੀਕਾਂਗੇ। ਵਾਹਿਗੁਰੂ ਜੀ ਕੀ ਫਤਿਹ। ਅੱਜ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਇਕਾਈ ਪਿੰਡ ਲਦਾਲ ਵੱਲੋਂ ਅਸੀਂ ਸਾਰਿਆਂ ਨੇ ਰਲ ਕੇ ਪਿੰਡ ਲਦਾਲ ਦੇ ਵਿੱਚੋਂ ਜਿਹੜੇ ਚਿੱਪ ਵਾਲੇ ਮੀਟਰ ਪੱਟੇ ਨੇ ਇਹ ਸਾਡੀ ਜਥੇਬੰਦੀ ਵੱਲੋਂ ਇਸ ਮੀਟਰਾਂ ਦਾ ਬਾਈਕਾਟ ਕੀਤਾ ਗਿਆ। ਅਸੀਂ ਸਰਕਾਰ ਨੂੰ ਵਾਰਨਿੰਗ ਦਿੰਦੇ ਹਾਂ ਜਿੰਨੇ ਵੀ ਪਿੰਡ ਦੇ ਵਿੱਚ ਜਾਂ ਹੋਰ ਘਰਾਂ 'ਚ ਲੱਗੇ ਹੋਏ ਨੇ ਸਾਰੇ ਮੀਟਰ ਅਸੀਂ ਪੱਟ ਕੇ ਜਮ੍ਹਾਂ ਕਰਾਵਾਂਗੇ ਅਤੇ ਅੱਗੇ ਕੋਈ ਨਵਾਂ ਚਿੱਪ ਵਾਲਾ ਮੀਟਰ ਨਹੀਂ ਲੱਗਣ ਦੇਵਾਂਗੇ। ਇਹ ਅਸੀਂ ਸਖ਼ਤ ਸ਼ਬਦਾਂ ਦੇ ਵਿੱਚ ਸਾਡੀ ਜਥੇਬੰਦੀ ਵੱਲੋਂ ਇਹਦਾ ਬਾਈਕਾਟ ਹੈ ਜੀ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਮੈਂ ਰਾਮਫਲ ਸਿੰਘ ਜਲੂਰ ਬਲਾਕ ਜਨਰਲ ਸਕੱਤਰ ਲਹਿਰਾ ਅੱਜ ਜਿਹੜੇ ਇਹ ਚਿੱਪ ਵਾਲੇ ਮੀਟਰ ਪਿੰਡ ਲਦਾਲ ਦੇ ਵਿੱਚ ਲੱਗੇ ਹੋਏ ਸੀ ਇਹ ਅੱਜ ਸਾਡੇ ਜਥੇਬੰਦੀ ਵੱਲੋਂ ਇਕਾਈ ਪ੍ਰਧਾਨ ਸਾਡਾ ਮਨਿੰਦਰ ਸਿੰਘ ਲਦਾਲ ਉਹਦੀ ਅਗਵਾਈ ਵਿੱਚ ਅੱਜ ਇਹ ਪੱਟੇ ਗਏ ਨੇ ਅਤੇ ਅੱਜ ਸਾਡੀ ਅਗਵਾਈ ਦੇ ਵਿੱਚ ਇੱਥੇ ਜਮ੍ਹਾਂ ਕਰਵਾਏ ਜਾ ਰਹੇ ਨੇ ਕਿਉਂਕਿ ਇਹ ਸਰਕਾਰ ਹੈ ਜਿਹੜੀ ਕਾਰਪੋਰੇਟ ਘਰਾਣਿਆਂ ਦੇ ਹੱਕ ਦੇ ਵਿੱਚ ਭੁਗਤਦੀ ਹੋਈ ਨਜ਼ਰ ਆਉਂਦੀ ਹੈ ਕਿਉਂਕਿ ਪਿਛਲੇ ਸਮੇਂ ਨੇ ਲਿਖਤੀ ਪੱਤਰ ਵੀ ਸਾਨੂੰ ਦਿੱਤਾ ਸੀ ਕਿ ਅਸੀਂ ਚਿੱਪ ਵਾਲੇ ਮੀਟਰ ਤੁਹਾਡੇ ਘਰਾਂ ਦੇ ਵਿੱਚ ਨਹੀਂ ਲਾਵਾਂਗੇ ਪਰ ਇਹ ਸਾਡੇ ਲਗਾਏ ਜਾ ਰਹੇ ਨੇ ਧੜਾਧੜ। ਇਹ ਧੱਕਾਸ਼ਾਹੀ ਤਾਨਾਸ਼ਾਹੀ ਕਰ ਰਹੀ ਹੈ ਸਰਕਾਰ ਕਿਉਂਕਿ ਜਿਹੜੇ ਇਹਦੇ ਵਿੱਚ ਮੁਲਾਜ਼ਮ ਨੇ ਸਾਡੇ 10,000 ਜਾਂ 15,000 ਮੁਲਾਜ਼ਮਾਂ ਵਾਲਾ ਕੰਮ ਕਰਦਾ ਹੈ ਜਾਂ ਤਨਖਾਹ 'ਤੇ ਕੰਮ ਕਰਦਾ ਹੈ ਜਿਹੜਾ ਕੋਈ ਰੀਡਿੰਗ ਲੈਣ ਆਉਂਦਾ ਸੀ ਉਹਦੀ ਮੰਨ ਲਓ ਨੌਕਰੀ ਖਤਮ ਹੋਣ ਜਾ ਰਹੀ ਹੈ ਜਾਂ ਕੋਈ ਮੰਨ ਲਓ ਬਿੱਲ ਭਰਾਉਂਦਾ ਸੀ ਉਹਦੀ ਨੌਕਰੀ ਖਤਮ ਹੋਣ ਜਾ ਰਹੀ ਹੈ ਸੋ ਇਹ ਮਹਿਕਮੇ ਨੂੰ ਵੀ ਅਤੇ ਸਰਕਾਰ ਨੂੰ ਵੀ ਸਾਡੀ ਪੂਰਨ ਤੌਰ 'ਤੇ ਅਪੀਲ ਹੈ ਕਿ ਇਹ ਸਾਡਾ ਬਾਈਕਾਟ ਹੈ ਇਹ ਚਿੱਪ ਵਾਲੇ ਮੀਟਰ ਸਾਡੇ ਘਰਾਂ ਦੇ ਵਿੱਚ ਨਾ ਲਾਏ ਜਾਣ ਜੇਕਰ ਆਉਣ ਵਾਲੇ ਸਮੇਂ ਦੇ ਵਿੱਚ ਇਹ ਇੱਦਾਂ ਹੀ ਚੱਲਦਾ ਰਿਹਾ ਤਾਂ ਜਥੇਬੰਦੀ ਵੱਲੋਂ ਕੋਈ ਤਕੜਾ ਸੰਘਰਸ਼ ਕਰਕੇ ਇਸ ਸਰਕਾਰ ਦੇ ਵਿਰੁੱਧ ਅਸੀਂ ਉਲੀਕਾਂਗੇ। ਵਾਹਿਗੁਰੂ ਜੀ ਕੀ ਫਤਿਹ। ਅੱਜ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਇਕਾਈ ਪਿੰਡ ਲਦਾਲ ਵੱਲੋਂ ਅਸੀਂ ਸਾਰਿਆਂ ਨੇ ਰਲ ਕੇ ਪਿੰਡ ਲਦਾਲ ਦੇ ਵਿੱਚੋਂ ਜਿਹੜੇ ਚਿੱਪ ਵਾਲੇ ਮੀਟਰ ਪੱਟੇ ਨੇ ਇਹ ਸਾਡੀ ਜਥੇਬੰਦੀ ਵੱਲੋਂ ਇਸ ਮੀਟਰਾਂ ਦਾ ਬਾਈਕਾਟ ਕੀਤਾ ਗਿਆ। ਅਸੀਂ ਸਰਕਾਰ ਨੂੰ ਵਾਰਨਿੰਗ ਦਿੰਦੇ ਹਾਂ ਜਿੰਨੇ ਵੀ ਪਿੰਡ ਦੇ ਵਿੱਚ ਜਾਂ ਹੋਰ ਘਰਾਂ 'ਚ ਲੱਗੇ ਹੋਏ ਨੇ ਸਾਰੇ ਮੀਟਰ ਅਸੀਂ ਪੱਟ ਕੇ ਜਮ੍ਹਾਂ ਕਰਾਵਾਂਗੇ ਅਤੇ ਅੱਗੇ ਕੋਈ ਨਵਾਂ ਚਿੱਪ ਵਾਲਾ ਮੀਟਰ ਨਹੀਂ ਲੱਗਣ ਦੇਵਾਂਗੇ। ਇਹ ਅਸੀਂ ਸਖਤ ਸ਼ਬਦਾਂ ਦੇ ਵਿੱਚ ਸਾਡੀ ਜਥੇਬੰਦੀ ਵੱਲੋਂ ਇਹਦਾ ਬਾਈਕਾਟ ਹੈ ਜੀ। ਬਹੁਤ ਬਹੁਤ ਧੰਨਵਾਦ। ਦੇਸ਼ ਦੁਨੀਆ ਕੀ ਹਰ ਖਬਰ ਸਬਸੇ ਪਹਿਲੇ ਦੇਖਨੇ ਕੇ ਲਿਏ ਫੋਲੋ ਕਰੇ ਦੈਨਿਕ ਸਵੇਰਾ ਟੀਵੀ ਯੂਟਿਊਬ ਫੇਸਬੁੱਕ ਇੰਸਟਾਗ੍ਰਾਮ ਐਕਸ ਔਰ ਵਟਸਐਪ ਚੈਨਲ ਪਰ।